ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪੰਜਾਬ نیوز ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਗਾਇਕ ਸ਼ੋਭ ਦੇ ਪਾੜੇਗੇ ਪੋਸਟਰ ਜਾਨੋ ਕਿ ਪੰਜਾਬੀ ਕਲਾਕਾਰ ਖਿਲਾਫ ਵਾਧ ਰਿਹਾ ਹੈ ਵਰੋਸ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ਿਰਕਤਨ ਤੋਂ ਪਹਿਲਾਂ ਜਿੰਨੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬੀ ਗਾਇਕ ਸ਼ੋਭੁਰ ਫ ਸ਼ੁਭਨੀਤ ਸਿੰਘ ਦੇ ਨਾਮ ਤੋਂ ਤੁਸੀਂ ਬਖੂਬੀ ਜਾਣੂ ਹੋਵੋਗੇ ਉਸਨੇ ਆਪਣੇ ਗੀਤਾਂ ਨਾਲ ਪੰਜਾਬੀ ਸੰਗੀਤ ਦੇ ਜਗਤ ਦੇ ਵਿੱਚ ਵੱਖਰੀ ਪਛਾਣ ਕਾਇਮ ਕੀਤੀ ਦੱਸਿਆ ਦੱਸ ਦਈਏ ਕਿ ਇੰਨੇ ਦਿਨ ਹੀ ਸ਼ੋਭ ਵਿਵਾਦਾਂ 'ਚ ਘਿਰਦੇ ਹੋਏ ਦਿਖਾਈ ਦੇ ਰਹੇ ਨੇ ਦਰਅਸਲ ਕਨੇਡੀਅਨ ਹੈਪਰ ਖਿਲਾਫ ਮੁੰਬਈ 'ਚ ਵਿਰੋਧ ਪ੍ਰਦਰਸ਼ਨ ਜਾਰੀ ਕੀਤਾ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਬੀ ਜੀ ਪੀ ਯੂਵਾ ਮੋਰਚਾ ਦੇ ਆਗੂਆਂ ਵੱਲੋਂ ਪੰਜਾਬੀ ਸਿੰਗਰ ਸ਼ੋਭ ਦੇ ਪੋਸਟਰ ਪਾਰੇ ਗਏ ਦਰਅਸਲ ਗਾਇਕ ਤੇ ਖਾਲਿਸਤਾਨ ਨੂੰ ਪ੍ਰਮੋਟ ਕਰਨ ਦੇ ਇਲਜ਼ਾਮ ਲਾਏ ਗਏ ਨੇ ਬੀ ਜੇ ਵਾਈ ਐਮ ਨੇ ਸ਼ੋਭ ਖਿਲਾਫ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਸ਼ੋਭੂ 기ਲਾ ਫਫਆਈ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਕਹੇ ਕਿ ਅਸੀਂ ਦੇਸ਼ ਨੂੰ ਤੋੜਨ ਦੀ ਸਾਜ਼ਿਸ਼ ਰਚ ਰਹੇ ਕੈਨੇਡੀਅਨ ਗਾਇਕ ਸ਼ੋਭੂ ਨੂੰ ਭਾਰਤ 'ਚ ਪਰਫਾਰਮ ਨਹੀਂ ਕਰਨ ਦੇਵਾਂਗੇ ਹੁਣ ਅਸੀਂ ਸ਼ਾਂਤ ਮੇ ਢਾਂਗੜਾ ਪ੍ਰਬੰਧਕਾ ਤੇ ਮੁੰਬਈ ਨੂੰ ਮੁੰਬਈ ਪੁਲਿਸ ਨੂੰ ਪ੍ਰੋਗਰਾਮ ਰੱਦ ਕਰਨ ਦੀ ਮੰਗ ਦਾ ਪੱਤਰ ਦਿੱਤਾ ਹੈ ਜੇਕਰ ਉਚਿਤ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ